بسم اللہ الرحمن الرحیم السلام علیکم ویورز کی حال امیدے سارے ٹھیک ہون گے اللہ تعالی سارے نو اپنی کرنج خوش رکھے آباد رکھے آمین سُما آمین جیتے ویورز اج ਆਪਾਂ ਬਣਾਵਾਂਗੇ ਬੜਾ ਮਜ਼ੇਦਾਰ ਜਿਆ ਮਿਕਸ ਵੈਜੀਟੇਬਲ ਅਚਾਰ ਤੇ ਨਾਲ ਆਪਾਂ ਬਣਾਵਾਂਗੇ ਬਹੁਤ ਹੀ ਜ਼ਬਰਦਸਤ ਜਿਆ ਮਸਾਲਾ ਜਿਹਦੀ وجہ ਤੋਂ ਅਚਾਰ ਦਾ ਟੇਸ ਜਿਹੜਾ ਉਹ ਬਹੁਤ ਹੀ ਜ਼ਬਰਦਸਤ ਆਏਗਾ ਤੇ ਇਹ ਅਚਾਰ ਆਪਾਂ ਬਣਾਵਾਂਗੇ ਬਹੁਤ ਜਲਦੀ ਇਹਨੂੰ ਕੋਈ ਤੁਪ ਚ ਰੱਖਣ ਦੀ ਜ਼ਰੂਰਤ ਨਹੀਂ ਤੇ ਇਹਦੇ ਲਈ ਤੁਸੀਂ ਵੀਡੀਓ ਨੂੰ ਪੂਰੀ ਦੇਖਣਾ ਹੈ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਤੇ ਜਿਹੜੀਆਂ ਟਿਪਸ ਤੇ ਟ੍ਰਿਕਸ ਦੱਸਾਂਗੇ ਉਹ ਤੁਸੀਂ ਨਾਲ-ਨਾਲ ਉਹਨੂੰ ਫੋਲੋ ਜ਼ਰੂਰ ਕਰਨਾ ਹੈ ਇੱਥੇ ਮੈਂ ਮਿਰਚਾਂ ਲਈਆਂ ਨੇ ਸਬਜ਼ तकरीबन 1.5 ਉਹਨਾਂ ਨੂੰ ਜੀਲਾ ਲਾ ਕੇ ਕੱਟ ਕਰ ਲਿਆ ਤੇ ਗਾਜਰਾਂ ਲਈਆਂ ਨੇ ਮੂਲੀਆਂ ਤੇ ਨਿੰਬੂ ਤੁਸੀਂ ਸਾਰੀਆਂ ਚੀਜ਼ਾਂ ਆਪਦੀ ਮਰਜ਼ੀ ਦੇ ਮੁਤਾਬਕ ਲੈ ਸਕਦੇ ਹੋ तकरीबन 2 ਕਿਲੋ ਵਜ਼ਨ ਹੈਗਾ ਸਾਰਾ ਤੇ ਇਹਨਾਂ ਨੂੰ ਤੁਸੀਂ ਛੇਲ ਕੇ ਧੋ ਲੈਣਾ ਤੇ ਧੋਣ ਤੋਂ ਬਾਅਦ ਤੁਸੀਂ ਕੱਟਣਾ ਸਾਰੀਆਂ ਚੀਜ਼ਾਂ ਨੂੰ ਤੇ ਉਸ ਤੋਂ ਪਹਿਲੇ ਜਦੋਂ ਕੱਟਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਬਿਲਕੁਲ ਨਹੀਂ ਧੋਣਾ ਨਹੀਂ ਤੇ ਚਾਰ ਦਾ ਟੇਸਟ ਖਰਾਬ ਹੋ ਜਾਏਗਾ ਚਾਰ ਖਰਾਬ ਹੋ ਜਾਏਗਾ ਤੇ ਸਭ ਤੋਂ ਪਹਿਲੇ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ ਮਸਾਲੇ ਵਾਸਤੇ ਇੱਕ ਚਮਚ ਮੈਂ ਸਫੇਦ ਸਰਸੋਂ ਪਾਤੀ ਹੈ ਤੇ ਚਾਰ ਚਮਚ ਕਾਲੀ ਸਰੋਂ ਜਿਹੜੀ ਹੁੰਦੀ ਹੈ ਸਰੋਂ ਦੇ ਬੀਜ ਜਿਹੜੇ ਹੁੰਦੇ ਆ ਉਹ ਚਾਰ ਚਮਚ ਪਾਵਾਂਗੇ ਇਸ ਚਾਰ ਨੂੰ ਪ੍ਰੋਟੈਕਟ ਕਰਦੀ ਆ ਚਾਰ ਦਾ ਟੇਸਟ ਬਹੁਤ ਅੱਛਾ ਹੁੰਦਾ ਹੈ ਸਰੋਂ ਦੇ ਨਾਲ ਤੇ ਜਿਹੜੀ ਇਹ ਸਫੇਦ ਸਰੋਂ ਆਪਾਂ ਪਾਈਏ ਇਹਦੇ ਨਾਲ ਥੋੜਾ ਟੇਸਟ ਜਿਹੜਾ ਖੱਟਾ ਆਏਗਾ ਤੇ ਜਿਹੜਾ ਬਹੁਤ ਹੀ ਮਜ਼ੇਦਾਰ ਲੱਗੇਗਾ ਬਹੁਤ ਹੀ ਵਧੀਆ ਚਾਰ ਨੂੰ ਬਣਾਏਗਾ ਆਪਣੇ ਨੂੰ ਤੇ तकरीबन 1 ਚਮਚ ਕਾਰੀਆਂ ਮੇਚਾਂ ਦਾ ਪਾ ਦਿੱਤਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਡਰਾਈ ਰੋਸਟ ਕਰ ਲਾਂਗੇ ਡਰਾਈ ਰੋਸਟ ਕਰਨ ਦੇ ਨਾਲ ਇਹਨਾਂ ਦਾ ਟੇਸ ਜਿਹੜਾ ਵਾ ਹੋਰ ਜ਼ਿਆਦਾ ਅੱਛਾ ਹੋ ਜਾਏਗਾ ਇਹਨਾਂ 'ਸ ਕੋਈ ਨਮੀ ਵਗੈਰਾ ਹੋਏਗੀ ਤੇ ਉਹ ਨਿਕਲ ਜਾਏਗੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਮਜ਼ੇਦਾਰ ਜਿਹਾ achar ਬਣੇ ਤੇ achar ਇਸ ਤਰ੍ਹਾਂ ਬਣੇਗਾ ਕਿ ਜੇ ਤੁਸੀਂ ਸਾਲਨ ਨਾ ਵੀ ਹੋਵੇ ਤੇ ਸਿਰਫ ਆਚਾਰ ਦੇ ਨਾਲ ਵੀ ਰੋਟੀ ਖਾ ਸਕਦੇ ਹੋ ਇਹ ਸਬਜ਼ੀਆਂ ਜਿਹੜੀਆਂ ਨੇ ਗਾਜਰ ਮੂਲੀ ਇਹ ਵੀ ਪੇਟ ਵਾਸਤੇ ਬਹੁਤ ਅੱਛੀਆਂ ਨੇ ਤੇ ਜੇਰਾ ਆਪਾਂ ਇਹਦੇ ਵਿੱਚ ਨਿੰਬੂ ਪਾਇਆ ਹੈ ਨਿੰਬੂ ਦੇ ਆਚਾਰ ਦੇ ਨਾਲ ਜੇ ਆਪਾਂ ਦੋ ਰੋਟੀਆਂ ਵੀ ਖਾ ਲਾਂਗੇ ਤੇ ਉਹ ਆਪਾਂ ਨੂੰ ਸਿਰਫ ਉਨੀਆਂ ਕੈਲਰੀਜ਼ ਮਿਲਣਗੀਆਂ ਜਿਹਨੀਆਂ ਇੱਕ ਰੋਟੀ ਦੀਆਂ ਹੁੰਦੀਆਂ ਨੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਸਪੈਸ਼ਲ ਮਸਾਲਾ ਬਣਾਵਾਂਗੇ ਇਹ ਵੀ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਹਾਡੇ ਮਿਹਦੇ ਵਾਸਤੇ ਅੱਛੀਆਂ ਨੇ ਇਹ ਆਚਾਰ ਜਿਹੜਾ ਹੈ ਇਹ ਤੁਹਾਡੇ ਮੈਦੇ ਨੂੰ ਕੋਈ ਨੁਕਸਾਨ ਨਹੀਂ ਦੇਣ ਵਾਲਾ ਬਲਕਿ ਇਹ ਤੁਹਾਨੂੰ ਫਾਇਦਾ ਹੀ ਦੇਗਾ ਤੁਹਾਡੇ ਹਾਜ਼ਮੇ ਵਾਸਤੇ ਬਹੁਤ ਅੱਛਾ ਬਣੇਗਾ ਤੇ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਅੱਜ ਮੈਂ ਤੁਹਾਨੂੰ ਇਹ ਨਹੀਂ ਕਹਾਂ ਕਿ ਵੀਡੀਓ ਚੰਗੀ ਲੱਗੇ ਤੇ ਤੁਸੀਂ ਇਹਨੂੰ ਲਾਈਕ ਕਰਨਾ ਹੈ ਤੁਹਾਨੂੰ ਵੀਡੀਓ ਚੰਗੀ ਲੱਗੇ ਨਾ ਲੱਗੇ ਤੁਸੀਂ ਇਹਨੂੰ ਲਾਈਕ ਵੀ ਕਰਨਾ ਹੈ ਤੇ ਇਹਨੂੰ ਸ਼ੇਅਰ ਵੀ ਕਰਨਾ ਤੇ ਇੱਥੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੇ ਇੱਕ ਮੇਥੀ ਦਾਣਾ ਹੁੰਦਾ ਬਰੀਕ ਉਹ ਨਹੀਂ ਤੁਸੀਂ ਪਾਉਣਾ ਤੇ ਇਹਦੇ ਵਿੱਚ ਆਪਾਂ ਮੇਥੇ ਪਾਵਾਂਗੇ ਜਿਹਦੋਂ ਪਹਿਲੇ ਬਾਕੀ ਚੀਜ਼ਾਂ ਨੂੰ ਹਲਕਾ ਜਿਹਾ ਰੋਸਟ ਕਰ ਲਿਆ ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਮੇਥਿਆਂ ਦਾ ਪਾ ਦਿੱਤਾ ਹੈ ਥੋੜਾ ਜੈਨੂੰ ਮਿਕਸ ਕਰ ਲਾਂਗੇ ਅੱਗ ਬਿਲਕੁਲ ਮੈਂ ਸਲੋ ਕਰ ਦਿੱਤੀ ਹੋਈ ਹੈ ਤਾਂ ਕਿ ਮਸਾਲੇ ਬਾਕੀ ਦੇ ਜਲ ਨਾ ਜਾਣ ਬਾਕੀ ਦੀਆਂ ਚੀਜ਼ਾਂ ਪਾਉਂਦੇ ਆ ਪਾਉਂਦੇ ਆ 2 ਚਮਚ ਸੁੱਕਾ ਧਨੀਆ ਪਾਵਾਂਗੇ ਸਾਬਤ ਸਾਬਤ ਜਿਹੜੇ ਧਨੀਏ ਦੇ ਬੀਜ ਹੁੰਦੇ ਨੇ ਇਹਨਾਂ ਨਾਲ ਵੀ ਬਹੁਤ ਅੱਛਾ ਟੇਸਟ ਆਂਦਾ ਹੈ बहुत अच्छी खुशबू आएगी ये हम इतने आप चार चमचे सौंफते पावगे बिस्मिल्लामानी राहीम मैं वीडियो में बिल्कुल तेज भी नहीं किया सारा दिखा रही हूँ ਕਿ ਤੁਸੀਂ ਚਮਚ ਵਗੈਰਾ ਸਾਰੇ ਆਪਣੇ ਹਿਸਾਬ ਨਾਲ ਤੁਸੀਂ ਗਿਣ ਲਓ ਮਸਾਲਾ ਥੋੜਾ ਤੁਹਾਡਾ ਜ਼ਿਆਦਾ ਵੀ ਤੇ ਬਣ ਜਾਏਗਾ ਤੇ ਬਾਅਦ ਵਿੱਚ ਤੁਹਾਡੇ ਕੰਮ ਆ ਜਾਏਗਾ ਤੁਸੀਂ achar gosht ਬਣਾ ਸਕਦੇ ਹੋ ਦਾਲਾਂ ਚ ਇਹਨੂੰ ਪਾ ਸਕਦੇ ਹੋ ਬਹੁਤ ਮਜ਼ੇਦਾਰ ਲੱਗੇਗਾ ਤੇ ਅੱਧਾ ਤਕਰੀਬਨ ਨਾ ਨਾ ਪੌਣਾ ਚਮਚ ਮੈਂ ਜੁਆਇਨ ਦਾ ਪਾ ਦਿੱਤਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਇੱਕ ਦਫ਼ਾ ਡਰਾਈ ਰੋਸਟ ਕਰ ਲਾਂਗੇ ਤੇ ਬਾਕੀ ਦੇ ਮਸਾਲੇ ਇਹਦੇ ਵਿੱਚ ਆਪਾਂ ਬਾਅਦ ਵਿੱਚ ਹੋਰ ਵੀ ਸ਼ਾਮਿਲ ਕਰਨੇ ਆ ਮਸਾਲਾ ਹਜੇ ਆਪਣਾ ਪੂਰਾ ਤਿਆਰ ਨਹੀਂ ਹੋਇਆ ਹਜੇ ਨੂੰ ਸਿਰਫ ਆਪਾਂ ਡਰਾਈ ਰੋਸਟ ਕਰਾਂਗੇ ਬਿਲਕੁਲ ਸলো ਫਲੇਮ ਤੇ ਤੁਸੀਂ ਕਰਨਾ ਇਹਨਾਂ ਨੂੰ ਬਿਲਕੁਲ ਜੇ ਤੇਜ਼ ਅੱਗ ਤੇ ਕਰੋਗੇ ਤੇ ਜਲ ਜਾਣਗੇ ਜਲਦੀ ਤੇ ਜੇ ਤੁਸੀਂ ਸলো ਫਲੇਮ ਤੇ ਇਹਨਾਂ ਨੂੰ ਡਰਾਈ ਰੋਸਟ ਕਰੋਗੇ ਤੇ ਆਹستہ ਆਹستہ ਇਹਨਾਂ ਦੇ ਵਿੱਚ ਜਿਹੜਾ ਹਲਕੀ ਹਲਕੀ ਅੰਚ ਦੇ ਨਾਲ ਹਲਕਾ ਹਲਕਾ ਸੇਕ ਲੱਗੇਗਾ ਤੇ ਬਹੁਤ ਸੋਹਣੀ ਜੀ ਖੁਸ਼ਬੂ ਵੀ ਆਏਗੀ ਤੇ ਮਸਾਲੇ ਵੀ ਸੋਹਣੇ ਤਰੀਕੇ ਦੇ ਨਾਲ ਡਰਾਈ ਰੋਸਟ ਹੋ ਜਾਣਗੇ ਤੇ ਜਿੰਨਾਂ ਦੀ ਵਜ੍ਹਾ ਤੋਂ ਆਪਣੇ achar ਦਾ ਟੇਸ ਜਿਹੜਾ ਬਹੁਤ ਜ਼ਬਰਦਸਤ ਬਣੇਗਾ ਮਸਾਲੇ ਤੁਸੀਂ ਬਹੁਤ ਧਿਆਨ ਨਾਲ ਡਰਾਈ ਰੋਸਟ ਕਰਨੇ ਹੈ ਇਹਨਾਂ ਨੂੰ ਜਲਾ ਨਹੀਂ ਲੈਣਾ ਨਹੀਂ ਤੇ ਇੱਕ ਕੜਵਾਹਟ ਆਣ ਲੱਗ ਪਏਗੀ ਜਲੇ ਹੋਏ ਮਸਾਲੇ ਦੀ ਤੁਸੀਂ ਚਮਚ ਚਲਾਉਂਦੇ ਆ ਚਲਾਉਂਦੇ ਆ ਇਹਨੂੰ ਡਰਾਈ ਰੋਸ ਕਰਨਾ ਵਾ ਇਹਨੂੰ ਇੱਕ ਜਗ੍ਹਾ ਤੇ ਪਿਆ ਨਹੀਂ ਰਹਿਣ ਦੇਣਾ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਸਫੇਦ ਜੀਰਾ ਜਿਹੜਾ ਆਪਾਂ ਆਮ ਹਾਂਡੀਆਂ ਵਿੱਚ ਇਸਤੇਮਾਲ ਕਰੀਦਾ ਵਾ ਤੋਂ ਮੈਂ ਇੱਕ ਚਮਚ ਪਰ ਕੇ ਪਾ ਦਿੱਤਾ ਤੇ ਹੁਣ ਇਹਨੂੰ ਇੱਕ ਦਫਾ ਸਾਰੇ ਨੂੰ ਦੁਬਾਰਾ ਥੋੜਾ ਜਿਹਾ ਸੇਕ ਲਵਾ ਲਾਂਗੇ ਤੇ ਫਿਰ ਆਪਾਂ ਚੁੱਲਾ ਬੰਦ ਕਰ ਦਿਆਂਗੇ ਚੁੱਲਾ ਬੰਦ ਕਰਕੇ ਤੇ ਇਹਨੂੰ ਥੋੜਾ ਜਿਹਾ ਮਸਾਲਿਆਂ ਨੂੰ ਠੰਡਾ ਕਰਾਂਗੇ ਜੀਰਾ ਐਕਚੁਅਲੀ ਪਾਉਣਾ ਪਹਿਲੇ ਸੀਗਾ ਪਕੀਨੋ ਮੇਰੇ ਜ਼ੇਂਸ ਨਹੀਂ ਰਿਹਾ ਵੀ ਸੌਂਫ ਤੇ ਜ਼ੀਰਾ ਇੱਕੋ ਜੀਆਂ ਚੀਜ਼ਾਂ ਪਈਆਂ ਸੀ ਤੇ ਬਸ ਖਿਆਲ ਨਹੀਂ ਕੀਤਾ ਤੇ ਜ਼ੀਰਾ ਨਹੀਂ ਤੇ ਆਪਾਂ ਪਹਿਲੇ ਪਾ ਲੈਣਾ ਸੀ ਇਸ ਲਈ ਮੈਨੂੰ ਦੁਬਾਰਾ ਫਲੇਮ ਨੂੰ ਔਨ ਕਰਨਾ ਪਿਆ ਜ਼ੀਰੇ ਵਾਸਤੇ ਕਿ ਤਾਂ ਕਿ ਇਹਨੂੰ ਵੀ ਥੋੜਾ ਜਿਹਾ ਸੇਕ ਲੱਗ ਜਾਵੇ ਤੇ ਹੁਣ ਇਹਨੂੰ ਆਪਾਂ ਥੋੜੀ ਦੇਰ ਲਈ ਠੰਡਾ ਕਰਾਂਗੇ ਠੰਡਾ ਕਰਨ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਵਾਲੇ ਜਾਰ ਚ ਪਾ ਕੇ ਤੇ ਇਹਨੂੰ ਆਪਾਂ ਗ੍ਰाइंड ਕਰਨਾ ਹੈ ਇਹਨੂੰ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਉਣਾ ਤੁਸੀਂ ਸਿਰਫ ਇਹਨੂੰ ਦਰਦਰਾ ਜਿਹਾ ਕਰਨਾ ਹੈ ਜੇ ਤੁਸੀਂ ਤੁਹਾਡੇ ਕੋਲ ਹਵਨ ਦਸਤਾ ਜਿਹਨੂੰ ਛੱਠੂ ਅੱਡਾ ਵੀ ਕਹਿੰਦੇ ਉਹ ਹੈਗਾ ਉਹਦੇ ਵਿੱਚ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਤੇ ਉਹਦੇ ਵਿੱਚ ਕਰ ਲਓ ਉਹਦੇ ਵਿੱਚ ਇਹ ਵਾ ਜ਼ਰਾ ਥੋੜਾ ਟਾਈਮ ਜ਼ਿਆਦਾ ਲੱਗਦਾ ਹੈ ਤੇ ਇਸ ਤਰ੍ਹਾਂ ਜ਼ਰਾ ਇੱਕ ਦੋ ਵਾਰੀ ਆਪਾਂ ਪਪਲਸ ਤੇ ਚਲਾਵਾਂਗੇ ਗ੍ਰਾਈਂਡਰ ਨੂੰ ਤੇ ਇਹ ਬਹੁਤ ਅੱਛਾ ਦਰਦਰਾ ਜਿਹਾ ਜਿਹੜਾ ਨਾ ਮਸਾਲਾ ਪੀਸ ਹੋ ਜਾਏਗਾ ਤੇ ਐਵੇਂ ਮਸਾਲਾ ਪੀਸ ਲਿਆਂਦਾ ਹੈ ਇਹ ਦੇਖੋ ਬਿਲਕੁਲ ਫਾਈਨ ਪਾਊਡਰ ਨਹੀਂ ਕੀਤਾ ਇਹ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸਿਰਫ ਦਰਦਰਾ ਜਿਹਾ ਆਪਾਂ ਇਹਨੂੰ ਪੀਸਣਾ ਹੈ ਇਸ ਤਰੀਕੇ ਨਾਲ ਮਸਾਲਾ ਜਦੋਂ ਭੁੰਨ ਕੇ ਇਸ ਤਰ੍ਹਾਂ ਮਸਾਲਾ ਬਣਾ ਕੇ ਪਾਇਆ ਜਾਂਦਾ ਤੇ ਬਹੁਤ ਜ਼ਬਰਦਸਤ achar ਦੇ ਵਿੱਚ ਇਹਦਾ ਟੇਸਟ ਆਂਦਾ ਵਾ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਹੋਰ ਮਸਾਲੇ ਜਿਹੜੇ ਆ ਪਾਵਾਂਗੇ ਸੂਰਖ ਮਿਰਚਾਂ ਪਾਵਾਂਗੇ 2 ਚਮਚ ਪਰ ਕੇ ਪਾ ਲਈ ਤੇ ਨੇ ਸੂਰਖ ਮਿਰਚ ਦੇ 1 ਚਮਚ ਆਪਾਂ ਇਹਦੇ ਵਿੱਚ ਹਲਦੀ ਦਾ ਪਾਵਾਂਗੇ ਹਲਦੀ ਜਿਹੜੀ ਹੈ ਉਹ ਵੀ ਬਹੁਤ ਅੱਛੀ ਹੁੰਦੀ ਹੈ ਇਨਸਾਨ ਦੀ ਸੋਜਿਸ਼ ਵਾਸਤੇ ਜਿਸਮਾਨੀ ਸੋਜਿਸ਼ ਵਾਸਤੇ ਅੰਦਰੂਨੀ ਬਰੂਨੀ ਕੋਈ ਸੋਜਿਸ਼ ਹੋ ਜਾਂਦੀ ਹੈ ਜਿਸਮ ਚ ਉਹਦੇ ਵਾਸਤੇ ਬਹੁਤ ਅੱਛੀ ਚੀਜ਼ ਆ ਮਿਰਚਾਂ ਦੇ ਨਾਲ ਤੁਹਾਡਾ ਟੇਸਟ ਵਧੀਆ ਆਏਗਾ ਹਲਦੀ ਜਿਹੜੀ ਆ ਉਹ ਤੁਹਾਨੂੰ ਉਸ ਤਰ੍ਹਾਂ ਵੀ ਬਹੁਤ ਜ਼ਿਆਦਾ ਚੀਜ਼ਾਂ ਤੋਂ ਫਾਇਦਾ ਦੇਗੀ ਜ਼ਖਮਾਂ ਵਾਸਤੇ ਅੱਛੀ ਹੁੰਦੀ ਆ ਦਰਦਾਂ ਵਾਸਤੇ ਅੱਛੀ ਹੁੰਦੀ ਆ ਇਹ ਇਹ ਚੀਜ਼ਾਂ ਇਹ ਪੀਸੀਆਂ ਹੋਈਆਂ ਇੱਕ ਤੁਸੀਂ ਕੋਸ਼ਿਸ਼ ਕਰਨੀ ਆ ਕਿ ਖਾਲਸ ਹੋਣ ਦੋਨੇ ਚੀਜ਼ਾਂ ਤੇ ਇੱਕ ਚਮਚ ਭਰ ਕੇ ਆਪਾਂ ਇਹਦੇ ਵਿੱਚ ਕਲਵੰਜੀ ਦਾ ਪਾ ਦਾਂਗੇ ਕਲਵੰਜੀ ਨੂੰ ਤੁਸੀਂ ਮਸਾਲਿਆਂ ਚ ਪਹਿਲੇ ਨਹੀਂ ਪਾਉਣਾ ਕਿਉਂਕਿ ਇਹਨੂੰ ਕੋ ਨਹੀਂ ਆ ਨਹੀਂ ਜਾਂਦਾ ਨਹੀਂ ਤੇ ਟੇਸਟ ਕੜਵਾ ਹੋ ਜਾਂਦਾ ਹੈ ਇਹਨੂੰ ਤੁਸੀਂ ਇਥੇ ਮਿਰਚ ਤੇ ਹਲਦੀ ਦੇ ਨਾਲ ਹੀ ਪਾਉਣਾ ਵਾ ਤੇ ਇਸ ਮਸਾਲੇ ਦੇ ਵਿੱਚ ਮੈਂ ਇਥੇ ਹਜੇ ਨਮਕ ਸ਼ਾਮਿਲ ਨਹੀਂ ਕਰਾਂਗੀ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਨਮਕ ਨਹੀਂ ਪਾਇਆ ਨਮਕ ਨੂੰ ਆਪਾਂ ਬਿਲਕੁਲ ਐਂਡ ਤੇ ਪਾਣਾ ਵਾ ਤੇ ਇਹ ਮਸਾਲਾ ਜ਼ਰਾ ਮਿਕਸੀ ਦੇ ਵਿੱਚ ਮੇਰੇ ਕੋਲ ਉਹ ਜਾਰ ਛੋਟਾ ਸੀ ਉਹਦੇ ਵਿੱਚ ਮਿਕਸ ਨਹੀਂ ਸੀ ਹੋ ਰਿਹਾ ਇਸ ਲਈ ਇਹਨੂੰ ਮੈਂ ਦੁਬਾਰਾ ਪੈਂਚ ਕਰ ਲਿਆ ਤਾਂ ਕਿ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂ ਜਿਹੜਾ ਮਸਾਲਾ ਤੁਹਾਡੇ ਆਚਾਰ ਚ ਲੱਗੇ ਤੁਸੀਂ ਉਨਾ ਹੀ ਪਾਣਾ ਹੈ ਜਿੰਨਾ ਆਚਾਰ ਤੁਹਾਡਾ ਕੋਟ ਹੋ ਜਵੇ ਅੱਛੇ ਤਰੀਕੇ ਨਾਲ ਜੇ ਤੁਸੀਂ ਥੋੜਾ ਘਟ ਪਸੰਦ ਕਰੋ ਤੇ ਥੋੜਾ ਘਟ ਵੀ ਕਰ ਸਕਦੇ ਹੋ ਤੇ ਬਾਕੀ ਦਾ ਜਿਹੜਾ ਮਸਾਲਾ ਤੁਹਾਡਾ ਬਚੇ ਹੋ ਤੁਸੀਂ ਇਸਤੇਮਾਲ ਕਰ ਲਿਓ ਬਾਅਦ ਵਿੱਚ ਕਿਸੇ ਹਾਂਡੀ ਚ ਦਾਲਾਂ ਵਗੈਰਾ ਚ ਅਚਾਰ ਗੋਸ਼ਤ ਦੇ ਵਿੱਚ ਬਹੁਤ ਜ਼ਬਰਦਸਤ ਲੱਗੇਗਾ ਦੇਖੋ ਹੁਣ ਮੈਂ ਇਹਨੂੰ ਥੋੜਾ ਜਿਹਾ ਮਿਕਸ ਕਰ ਲੈਣੀ ਅੱਛੇ ਤਰੀਕੇ ਦੇ ਨਾਲ ਤਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਇਕਜਾਨ ਹੋ ਜਾਣ ਇਹ ਬਹੁਤ ਹੀ ਸਪੈਸ਼ਲ ਮਸਾਲਾ ਹੈ ਇਹਦੇ ਨਾਲ ਅਚਾਰ ਦਾ ਟੇਸ ਜਿਹੜਾ ਬਹੁਤ ਹੀ ਵਧੀਆ ਆਏਗਾ ਤੇ ਅਚਾਰ ਤੇ ਆਪਣਾ ਬਿਲਕੁਲ ਬਸ ਉਹਨਾਂ ਮਸਾਲਾ ਬਣ ਗਿਆ ਤੇ ਹੁਣ ਅਚਾਰ ਨੂੰ ਬਣਨ ਨੂੰ ਕੋਈ ਦੇਰ ਨਹੀਂ ਸਬਜ਼ੀਆਂ ਤੁਸੀਂ ਛਿੱਲ ਕੇ ਫਿਰ ਉਹਨਾਂ ਨੂੰ ਧੋਣਾ ਹੈ ਤੇ ਧੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਕੱਟਣਾ ਹੈ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਜਾਂ ਪੰਖੇ નીચે ਸੁਕਾ ਲਓ ਜਾਂ ਕੱਪੜੇ ਦੇ ਨਾਲ ਪਕੜ ਕੇ ਇੱਕ ਇੱਕ ਨੂੰ ਸਾਰੀਆਂ ਨੂੰ ਅੱਛੇ ਤਰੀਕੇ ਨਾਲ ਸੁਕਾ ਲਓ ਸਬਜ਼ੀਆਂ ਤੇ ਨਮੀ ਨਹੀਂ ਹੋਣੀ ਚਾਹੀਦੀ ਇਹ ਚੀਜ਼ ਦਾ ਤੁਸੀਂ ਖਿਆਲ ਕਰਨਾ ਮੈਂ ਤੁਹਾਨੂੰ ਦੁਬਾਰਾ ਇਸ ਲਈ ਦੱਸਦੀਆਂ ਕਿ ਤੁਸੀਂ ਕੋਈ ਗਲਤੀ ਨਾ ਕਰ ਲਓ ਤੇ achar ਤੁਹਾਡਾ ਖਰਾਬ ਨਾ ਹੋ ਜਾਵੇ ਤੇ achar ਜੀ ਤੋਂ ਬਣ ਜਾਵੇ ਉਹਨੂੰ ਤੁਸੀਂ ਗਿੱਲਾ ਹੱਥ ਨਹੀਂ ਲਾਣਾ ਗਿੱਲਾ ਚਮਚ ਨਹੀਂ ਉਹਦੇ ਵਿੱਚ ਪਾਣਾ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਤੇ achar ਤੁਹਾਡਾ ਬੇਸ਼ੱਕ ਤੁਸੀਂ 2 ਸਾਲ 3 ਸਾਲ ਜਿੰਨੀ ਦੇਰ ਤੱਕ ਮਰਜ਼ੀ ਇਹਨੂੰ ਰੱਖ ਲਓ ਤੇ ਇੱਥੇ ਹੁਣ ਮੈਂ ਤਕਰੀਬਨ 2 ਤੋਂ 2.5 ਕਿਲੋ ਵਜ਼ਨ ਸੀਗਾ ਮੇਰੇ ਕੋਲ ਜਿਹੜੀਆਂ ਚੀਜ਼ਾਂ ਆਂ ਸਬਜ਼ੀਆਂ ਵਗੈਰਾ ਸਾਰੀਆਂ ਦਾ ਤੇ ਤਕਰੀਬਨ ਅੱਧਾ ਕਿਲੋ ਜਿਹੜਾ ਮੈਂ ਇਹਦੇ ਵਿੱਚ ਤੇਲ ਪਾ ਲਿਆ ਅੱਧਾ ਲੀਟਰ ਸਰ੍ਹੋਂ ਦਾ ਤੇਲ ਸਰ੍ਹੋਂ ਦੇ ਤੇਲ ਦੇ ਵਿੱਚ ਹੀ ਆਚਾਰ ਦਾ ਟੇਸ ਜਿਹੜਾ ਜ਼ਬਰਦਸਤ ਹੁੰਦਾ ਹੈ ਜਦੋਂ ਤੇਲ ਬਿਲਕੁਲ ਫੁੱਲ ਗਰਮ ਹੋ ਗਿਆ ਧੂਐਦਾਰ ਤੇ ਫਿਰ ਮੈਂ ਉਹਦੇ ਵਿੱਚ ਇੱਕ ਰੋਟੀ ਦਾ ਪੀਸ ਸਿੱਟ ਦਿੱਤਾ ਤਾਂਕਿ ਇਹ ਜਿਹੜਾ ਕੜਵਾਹਟ ਵਗੈਰਾ ਤੇਲ ਦੀ ਆ ਉਹ ਇਹਦੇ ਨਾਲ ਖਤਮ ਹੋ ਜਵੇ ਤੇ ਆਚਾਰ ਦੇ ਵਿੱਚ ਕੜਵਾ ਜ਼ਾਇਕਾ ਤੇਲ ਦਾ ਨਾ ਹੋਵੇ ਕਿਉਂਕਿ ਸਰਸੋਂ ਦੇ ਤੇਲ 'ਚ ਥੋੜੀ-ਬਹੁਤ ਕੜਵਾਹਟ ਹੁੰਦੀ ਹੈ ਜਿਹੜੀ ਕੁਝ ਲੋਕਾਂ ਨੂੰ ਅੱਛੀ ਨਹੀਂ ਲੱਗਦੀ ਤੇ ਇਸ ਲਈ ਆਪਾਂ ਉਹਨੂੰ ਵੀ ਖਤਮ ਕਰਨ ਵਾਸਤੇ ਇਹਨੂੰ ਪੰਜਾਬੀ 'ਚ ਕਹਿੰਦੇ ਨੇ ਤੇਲ ਨੂੰ ਮਠੀਰਨਾ ਉਸ ਤਰ੍ਹਾਂ ਆਪਾਂ ਇਹਨੂੰ ਉਰਦੂ 'ਚ ਕਹਿੰਦਾ ਕਿ ਰਿਫਾਈਨ ਕਰਨਾ ਤੇ ਇਹ ਦੇਖੋ ਬਹੁਤ ਅੱਛੇ ਤਰੀਕੇ ਦੇ ਨਾਲ ਜਦੋਂ ਇਹ ਬਿਲਕੁਲ ਰੋਟੀ ਦਾ ਪੀਸ 골ਡਨ ਹੋ ਜਾਏ ਸਮਝ ਲਓ ਤੇਲ ਤੁਹਾਡਾ ਬਿਲਕੁਲ ਇਸਤੇਮਾਲ ਵਾਸਤੇ ਰੈਡੀ ਹੋ ਗਿਆ ਹੈ ਤੇ ਇਹ ਹੁਣ ਅੱਧਾ ਚਮਚ ਮੇਸੂੰਡਾ ਪਾਊਡਰ ਪਾ ਦਿੱਤਾ ਹੈ ਤੇ ਤਕਰੀਬਨ ਅੱਧੇ ਤੋਂ ਥੋੜਾ ਜਿਹਾ ਘੱਟ ਚੌਥਾ ਹਿੱਸਾ ਚਮਚ ਦਾ ਵਿੱਚ ਲਸਣ ਦਾ ਪਾਊਡਰ ਇਦੇ ਨਾਲ ਜਿਹੜਾ ਤੁਹਾਡੇ ਅਚਾਰ ਦਾ ਜ਼ਾਇਕਾ ਹੋਰ ਜ਼ਿਆਦਾ ਜ਼ਬਰਦਸਤ ਤੇ ਵਧੀਆ ਹੋ ਜਾਏਗਾ ਤੇ ਇਹਨੂੰ ਥੋੜਾ ਜਿਹਾ ਆਪਾਂ ਭੁੰਨ ਲੈਂਦੇ ਆਂਗੇ ਤੇ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਹੋਣੇ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਸਬਜ਼ੀਆਂ ਇਹ ਸਚਾਰ ਨੂੰ ਤੁਪਲਵਣ ਦੀ ਜ਼ਰੂਰਤ ਨਹੀਂ ਬਸ ਤੁਸੀਂ ਇਹਨੂੰ ਬਣਾਓ ਤੇ ਬੇਸ਼ੱਕ ਗਰਮਾ-ਗਰਮ ਖਾਓ ਜਾਂ ਠੰਡਾ ਕਰਕੇ ਉਸੇ ਟਾਈਮ ਵੀ ਇਹ ਖਾਣ ਦੇ ਕਾਬਿਲ ਹੋ ਜਾਂਦਾ ਹੈ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਤੇ ਸਾਰੀਆਂ ਸਬਜ਼ੀਆਂ ਆਪਾਂ ਸ਼ਾਮਿਲ ਕਰ ਦਿੱਤੀਆਂ ਨੇ ਤੇ ਇਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਕਿੰਨੀਆਂ ਜ਼ਬਰਦਸਤ ਲੱਗ ਰਹੀਆਂ ਨੇ ਮਾਸ਼ਾਅੱਲਾ ਸਾਰੀਆਂ ਸਬਜ਼ੀਆਂ ਤੁਸੀਂ ਚਾਹੋ ਤੇ ਇਹਦੇ ਵਿੱਚ ਸਬਜ਼ ਲਸਣ ਤੇ ਜਿਹੜਾ ਫ੍ਰੈਸ਼ ਲਸਣ ਹੁੰਦਾ ਵਾ ਉਹ ਵਾਲਾ ਤੇ ਨਾਲ ਤੁਸੀਂ ਅਦਰਕ ਵੀ ਕੱਟ ਕੇ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਜਿੰਨੀਆਂ ਮਰਜ਼ੀ ਸਬਜ਼ੀਆਂ ਵਧਾ ਲਓ ਤੁਸੀਂ ਇਹਦੇ ਵਿੱਚ ਫੁੱਲ ਗੋਭੀ ਵੀ ਪਾ ਸਕਦੇ ਹੋ ਤੁਸੀਂ ਇਹਨਾਂ ਦੇ ਵਿੱਚ ਛਲਜਮੇ ਵੀ ਪਾ ਸਕਦੇ ਹੋ ਛਲਜਮ ਤੇ ਗੋਭੀ ਦਾ achar ਵੀ ਬੜਾ ਮਜ਼ੇਦਾਰ ਲੱਗਦਾ ਇਨਸ਼ਾਅੱਲਾਹ ਤਾਲਾ ਉਹ ਵੀ ਜੇ ਟਾਈਮ ਮਿਲੇ ਤੇ ਤੁਹਾਡੇ ਨਾਲ ਰੈਸিপি ਜ਼ਰੂਰ ਸ਼ੇਅਰ ਕਰਾਂਗੀ ਤੇ ਇਹਨੂੰ ਹੁਣ ਆਪਾਂ ਪਕਾਉਂਦੇ ਰਹਿਣਾ ਇਹਦੇ ਵਿੱਚ ਇੰਨਾ ਪਕਾਣਾ ਹੈ ਕਿ ਇਹ ਥੋੜੀਆਂ ਜੀਆਂ ਸੌਫਟ ਹੋ ਜਾਣ ਸਾਰੀਆਂ ਚੀਜ਼ਾਂ ਤੇ ਲੇਕਿਨ ਇਹਨਾਂ ਦਾ ਕ੍ਰਾਂਚ ਬਾਕੀ ਰਵੇ ਇਹ ਨਹੀਂ ਕਿ ਬਿਲਕੁਲ ਆਪਾਂ ਇਹਨਾਂ ਨੂੰ ਗਲਾਉਣਾ ਨਹੀਂ ਜਿਸ ਤਰ੍ਹਾਂ ਆਪਾਂ ਹਾਂਡੀ ਪਕਾਈਦੀ ਆ ਉਸ ਤਰੀਕੇ ਨਾਲ ਨਹੀਂ ਗਲਾਉਣਾ ਸਿਰਫ ਇਹਨਾਂ ਦਾ ਕ੍ਰਾਂਚ ਆਪਾਂ ਬਾਕੀ ਰੱਖਣਾ ਹੈ ਤੇ ਹੁਣ ਜਦੋਂ ਥੋੜੀਆਂ ਜੀਆਂ ਸੌਤੇ ਹੋ ਗਈਆਂ ਸਬਜ਼ੀਆਂ ਤੇ ਹੁਣੇ ਦੇ ਵਿੱਚ ਆਪਾਂ ਜਿਹੜਾ ਮਸਾਲਾ ਬਣਾ ਕੇ ਰੱਖਿਆ ਸੀ ਉਹ ਪਾਵਾਂਗੇ ਮੈਂ ਇੱਥੇ ਇਹਦੇ ਵਿੱਚ 10 ਚਮਚ ਪਾਏ ਆ ਤੇ ਸਾਨੂੰ ਆਪਣੇ ਟੇਸ ਦੇ ਹਿਸਾਬ ਨਾਲ ਕਿਉਂਕਿ ਅਸੀਂ ਥੋੜਾ ਤਿੱਖਾ ਕਰਨੇ ਆ ਤੇ ਬਹੁਤ ਹੀ ਜ਼ਬਰਦਸਤ ਲੱਗਾ ਜੇ ਤੁਹਾਨੂੰ ਥੋੜਾ ਕਮ ਤਿੱਖਾ ਖਾਣੇ ਆ ਤੁਸੀਂ ਤੇ ਤੁਸੀਂ ਇਹ ਚਮਚੇ 1 2 ਘਟਾ ਵੀ ਸਕਦੇ ਹੋ ਤੇ ਇਹ ਦੇਖੋ ਇਹਨੂੰ ਅੱਛਾ ਜਿਹਾ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਦੁਬਾਰਾ ਪਕਾਵਾਂਗੇ ਮੈਂ ਥੋੜਾ ਲਗ ਰਿਹਾ ਸੀਗਾ ਮਸਾਲਾ ਫਿਰ ਮੈਂ ਹੋਰ ਪਾਇਆ ਤੇ ਟੋਟਲ 10 ਚਮਚੇ ਮੇਰੇ ਕੋਲੋਂ ਜਿਹੜੇ ਮੈਂ ਪਾਏ ਨੇ ਚਾਚਾਰ ਦੇ ਵਿੱਚ ਪਹਿਲੇ ਮੈਂ 5 ਚਮਚ ਪਾ ਕੇ ਮਿਕਸ ਕਰ ਲਿਆ ਸੀ ਕਿ ਚੈੱਕ ਕਰ ਲਈਏ ਤੇ ਹੁਣ ਇਹਨੂੰ ਆਪਾਂ ਬਸ ਹਲਕਾ ਜਿਹਾ ਗਲਾਨਾ ਹੈ ਤਕਰੀਬਨ ਜਿਸ ਤਰ੍ਹਾਂ 70 ਤੋਂ 80% ਤੱਕ ਚਾਰ ਜਿਹੜਾ ਇਸ ਤਰੀਕੇ ਨਾਲ ਇਹ ਗਲਾ ਲੈਣਾ ਵਾ ਆਪਾਂ ਇਹਨੂੰ ਤੇ ਬਾਕੀ ਦਾ ਜਿਹੜਾ ਵਾ ਇਹਨੇ ਖੁਦ ਹੀ ਫਿਰ ਬਾਅਦ ਵਿੱਚ ਗਲ ਜਾਏਗਾ ਆਹਸਤਾ ਆਹਸਤਾ ਜਦੋਂ ਪਿਆਰ ਹੋਵੇਗਾ ਤੇ ਇਹ ਖਾਣ ਦੇ ਕਾਬਲ ਹੋ ਜਾਏਗਾ ਹੁਣ ਇਹ ਦੇਖੋ ਇਹ ਦੇਖੋ ਕਿੰਨੇ ਆਸਾਨੀ ਦੇ ਨਾਲ ਕੱਟ ਹੋ ਗਿਆ ਤਕਰੀਬਨ 80% ਤੱਕ ਇਹਨੂੰ ਗਲਾ ਲਿਆ ਮੈਂ ਤੇ ਇਹ ਹੁਣ ਇਹਦੇ ਵਿੱਚ ਮੈਂ ਤਕਰੀਬਨ 4 ਚਮਚ ਸਿਰਕੇ ਦੇ ਪਾ ਦਿੱਤੇ ਨੇ ਸਫੇਦ ਸਿਰਕਾ ਜਿਹੜਾ ਆਪਾਂ گوشਤ ਵਗੈਰਾ ਧੋਣ ਦੇ ਕੰਮ ਆਉਂਦਾ ਹੈ ਨਾ ਉਹ ਵਾਲਾ ਸਿਰਕਾ ਪਾ ਦਿੱਤਾ ਹੈ ਇਹ ਸਿਰਕਾ ਜਿਹੜਾ ਹੈ ਪ੍ਰਿਜ਼ਰਵਰ ਦਾ ਕੰਮ ਦੇਵੇਗਾ ਇਹਦੇ ਨਾਲ ਆਚਾਰ ਖਰਾਬ ਨਹੀਂ ਹੋਏਗਾ ਤੇਲ ਵੀ ਆਪਾਂ ਇੰਨਾ ਜ਼ਿਆਦਾ ਨਹੀਂ ਪਾਇਆ ਥੋੜਾ ਤੇਲ ਪਾਇਆ ਹੈ ਕਿਉਂਕਿ ਉਸ ਤਰ੍ਹਾਂ ਆਪਾਂ ਚਾਰ ਪਾਈਏ ਤੇ ਤੇਲ ਉੱਪਰ ਤੱਕ ਤਰਦਾ ਹੋਵੇ ਤੇ ਸਹੀ ਰਹਿੰਦਾ ਨਹੀਂ ਤੇ ਆਚਾਰ ਖਰਾਬ ਹੋ ਜਾਂਦਾ ਤੇ ਇਹ ਨਮਕ ਤੁਸੀਂ ਬਿਲਕੁਲ ਆਸ ਤੇ ਪਾਉਣਾ ਵਾ ਆਖਰ ਤੇ 2.5 ਚਮਚ ਮੈਂ ਨਮਕ ਦੇ ਪਾ ਦਿੱਤੇ ਆ ਫਿਰ ਮੈਂ ਚੈੱਕ ਵੀ ਕੀਤਾ ਸੀ ਤੇ ਬਿਲਕੁਲ ਜ਼ਬਰਦਸਤ ਜਿਆ ਪੂਰਾ ਨਮਕ ਸੀਗਾ ਹੁਣ ਸਿਰਕੇ ਤੇ ਨਮਕ ਦੇ ਨਾਲ ਇਹਨੂੰ ਆਪਾਂ ਤਕਰੀਬਨ 1 ਤੋਂ 1.5 ਮਿੰਟ ਵਾਸਤੇ ਜਿਹੜਾ ਵਾ ਥੋੜਾ ਜਿਹਾ ਪਕਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਫਲੇਮ ਬੰਦ ਕਰ ਦਿਆਂਗੇ ਤੇ ਇਹਨੂੰ ਠੰਡਾ ਕਰਾਂਗੇ ਆਚਾਰ ਨੂੰ ਠੰਡਾ ਕਰਨ ਤੋਂ ਬਾਅਦ ਤੁਸੀਂ ਪਲਾਸਟਿਕ ਦੀ ਜੀ ਪੀਲੀ ਤੇ ਸੁਰਖ ਬਾਲਟੀਆਂ ਆਂਦੀਆਂ ਪਲਾਸਟਿਕ ਦੀਆਂ ਉੱਚ ਵੀ ਇਹਨੂੰ ਰੱਖ ਸਕਦੇ ਹੋ ਜਾਂ ਤੁਹਾਡੇ ਕੋ ਕੋਈ ਸ਼ੀਸ਼ੇ ਦਾ ਜਾਰ ਵਗੈਰਾ ਹੈਗਾ ਤੁਸੀਂ ਉਹਦੇ ਵਿੱਚ ਵੀ ਇਹਨੂੰ ਰੱਖ ਸਕਦੇ ਹੋ ਤੇ ਇਹ ਤੁਹਾਡਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਆਚਾਰ ਨੂੰ ਫ੍ਰਿਜ ਨਹੀਂ ਰੱਖਣਾ ਕਿਉਂਕਿ ਫ੍ਰਿਜ ਦੇ ਵਿੱਚ ਆਚਾਰ ਚ ਨਮੀ ਆ ਸਕਦੀ ਹੈ ਉਹਦੇ ਨਾਲ ਆਚਾਰ ਖਰਾਬ ਹੋ ਸਕਦਾ ਹੈ ਆਚਾਰ ਨੂੰ ਤੁਸੀਂ ਗਿੱਲਾ ਹੱਥ ਨਹੀਂ ਲਾਣਾ ਗਿੱਲਾ ਚਮਚ ਨਹੀਂ ਪਾਣਾ ਆਚਾਰ ਦੇ ਵਿੱਚ ਇਹ ਥੋੜੀਆਂ ਜਿਹੀਆਂ احتیاطਾਂ ਕਰੋਗੇ ਤੇ ਆਚਾਰ ਨੂੰ ਤੁਸੀਂ ਬੇਸ਼ੱਕ ਜਿੰਨੀ ਦੇਰ ਤੱਕ ਮਰਜ਼ੀ ਰੱਖ ਲੋ ਆਚਾਰ ਖਰਾਬ ਨਹੀਂ ਹੁੰਦਾ ਕਿਉਂਕਿ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਿਰਕਾ ਪਾ ਦਿੱਤਾ ਤੇ ਤੇਲ ਉੱਪਰ ਤੱਕ ਨਹੀਂ ਵੀ ਤਰੇਗਾ ਤੇ ਫਿਰ ਵੀ ਆਚਾਰ ਜਿਹੜਾ ਉਹ ਖਰਾਬ ਨਹੀਂ ਹੋਏਗਾ ਵੀਡੀਓ ਚੰਗੀ ਲੱਗੀ ਤੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵਿਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਏ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਤਦ ਤੱਕ ਲਈ ਅੱਲਾ ਹਾਫਿਜ਼